ਬਾਰਿਸ਼ਾਂ ਤੋਂ ਬਾਅਦ ਤੁਹਾਨੂੰ ਪਤਾ ਸਰਕਾਰ ਕੇ ਨਾ ਕੀ ਰਹਿੰਦੇ ਨੇ ਗੱਡੀਆਂ ਛੱਡੀਆਂ ਮਿੱਟੀ ਨਾਲ ਭਰਪੂਰ ਘੱਟੀਆਂ, ਚਿੱਕੜ ਗਾਰਾ ਹੋ ਗਿਆ ਸੀ। ਅਤੇ ਮੈਂ ਆਇਆ ਜਨਾਬ, ਮੈਂ ਗੱਡੀ ਛੱਡੀ ਧਵਾ ਲਈ ਹੈ, ਹੁਣ ਸਾਹਮਣੇ ਆਪਣੀ ਮੋਟਰਸਾਈਕਲ ਖਲੋਤੀ ਹੈ, ਜਿਹੜਾ ਭਾਈ ਧੋ ਰਹੇ ਨੇ ਨਾ, ਹੁੰਦਾ ਆਪਣੀ ਸਵਾਰੀ ਹੈ। ਹੁਣ ਜਦੋਂ ਯਾਰਾਂ ਸੱਜਣਾਂ ਨਾਲ ਭੋਂਦਿਆਂ ਰਹੀਦਾ ਸੱਜੇ ਖੱਬੇ ਗੱਡੀਆਂ 'ਤੇ, ਲੇਕਿਨ ਜਿਹੜੀ ਆਪਣੀ ਮੇਨ ਸਵਾਰੀ ਹੋਇਆ ਜੀ ਲਿਖਿਆ ਦਾ ਨਜ਼ਰ ਆ ਰਿਹਾ, ਮੈਂ ਮੋਮਨ ਮੈਂ ਕਿਹਾ ਜੀ ਧਵਾ ਲਈਏ ਗੱਡੀ ਨੂੰ, ਆਪਣਾ ਸਿਆਲਕੋਟ ਆਪਣੇ ਕੋਲੀ ਬਰਾਮ ਚੌਂਕ ਦੇ ਵਿੱਚ ਪੀ ਐੱਸ ਓ ਦਾ ਪੰਪ ਹੈ, ਉੱਥੋਂ ਆ ਕੇ ਧਵਾਈ ਦਾ। ਅਤੇ ਇਹ ਵਾਹ ਸਿਆਲਕੋਟ 'ਚ ਐਸਾ ਪੰਪ ਹੈ ਜਿੱਥੇ ਗੱਡੀ ਨੂੰ ਉਹਨਾਂ ਨੇ ਸ਼ਹਿਰ ਦੀਆਂ ਮੱਛੀਆਂ ਹੱਥ ਚਿੰਬੜ ਜਾਣਾ ਦੱਸਦੀ। ਅਤੇ ਦੇਖੋ ਰਸ਼ ਕਿੰਨਾ ਇੱਥੇ, ਕਿੰਨੇ ਮੁੰਡੇ ਲੱਗੇ ਨੇ ਕੰਮ ਕਰਨ, ਕਿੰਨੀਆਂ ਧੋਕ ਨਾਲ ਸੁੱਕਣੇ ਪਾਈਆਂ ਨੇ ਗੱਡੀਆਂ, ਅਤੇ ਬਹੁਤ ਨੀਅਤ ਦੇ ਨਾਲ ਕੰਮ ਕਰਦੇ ਨੇ, ਅੱਛੇ ਤਰੀਕੇ ਨਾਲ ਗੱਡੀ ਨੂੰ ਧੋਂਦੇ ਨੇ, ਮੁਤਮਿਨ ਕਰਕੇ ਭੇਜਦੇ ਨੇ ਅੱਛੇ ਤਰੀਕੇ ਦੇ ਨਾਲ। ਅਤੇ ਮੈਂ ਤਾਂ ਇੱਥੋਂ ਹੀ ਆ ਕੇ ਗੱਡੀ ਧਵਾਉਣਾ ਵਾ, ਜਦੋਂ ਵੀ ਧਵਾਵਾਂ ਇੱਥੇ ਹੀ ਆ ਕੇ ਧਵਾਉਣਾ, ਠੀਕ ਹੈ। ਅਤੇ ਤੁਹਾਨੂੰ ਵੀ ਇਹੀ ਕਹਾਂਗਾ, ਜਿਹੜੇ ਸਿਆਲਕੋਟ ਦੇ ਨਜ਼ਦੀਕ ਰਹਿਣ ਵਾਲੇ ਹੋ, ਪੱਕੇ ਗੜੇ ਕੋਲੀ ਬੇਰਾਮ ਕਿਸਟਨ ਡਾਉਣਾ ਹੰਡਰਪੁਰਾ ਆਦਮਲੀ ਰੋਡ, ਇੱਥੋਂ ਆ ਕੇ ਆਰਾਮ ਨਾ ਬਹੁਤੀ ਦੇਰ ਲੱਗਦੀ, ਲਿਆਉਣੀ ਹੈ ਨਾ ਨਾਲ ਹੀ ਫੜ ਕੇ ਸਿੱਧੀ ਲਾਉਣੀ ਹੈ, ਅਤੇ ਜਨਾਬ ਧੋ ਕੇ ਲਸ਼ ਪਸ਼ ਕਰਕੇ ਜਨਾਬ ਨੂੰ ਗੱਡੀ ਉਹਨਾਂ ਨੇ ਪੇਸ਼ ਕਰ ਦੇਣੀ ਹੈ। ਮੋਟਰਸਾਈਕਲ ਦਾ ਨਾ 100 ਰੁਪਏ ਲੈਣਾ ਹੁੰਦਾ, ਅਤੇ ਵੱਡੀ ਗੱਡੀ ਦਾ ਮੈਨੂੰ ਨਹੀਂ ਜੇ ਪਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ, ਅਤੇ ਬੈੱਲ ਆਈਕਮ ਦਾ ਬਟਨ ਵੀ ਦਬਾ ਲਈਓ।